ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਘਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਸੁਲਤਾਨਪੁਰ ਲੋਧੀ ਜਿੱਥੇ ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਬਤੀਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿੱਚ 8 ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹਨ। ਆਓ ਤੁਹਾਨੂੰ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਹਾਂ। ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ ਸੁਲਤਾਨਪੁਰ ਲੋਧੀ ਦੇ ਲਹਿੰਦੇ ਵਾਲੇ ਪਾਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਵਿੱਤਰ ਕਾਲੀ ਵੇਈ ਦੇ ਬਿਲਕੁਲ ਨੇੜੇ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਤਪ ਕੀਤਾ। ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ 'ਤੇ ਜਾਣ ਲੱਗੇ ਤਾਂ ਪਤਾ ਲੱਗਣ ਤੋਂ ਬਾਅਦ ਭਾਈ ਭਗੀਰਥ ਜੀ, ਅੱਲਾ ਦਿੱਤਾ ਅਤੇ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ, ਅਸੀਂ ਆਪ ਜੀ ਦੇ ਹਰ ਰੋਜ਼ ਦਰਸ਼ਨ ਕਰਦੇ ਹਾਂ, ਬਾਅਦ ਵਿੱਚ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ? ਸਤਿਗੁਰੂ ਜੀ ਨੇ ਬੇਰੀ ਦੀ ਦਾਤਨ ਗੱਡਦੇ ਹੋਏ ਕਿਹਾ ਕਿ ਇੱਥੋਂ ਦਰਸ਼ਨ ਕਰ ਲਿਆ ਕਰਨਾ। ਨਾਨਕ ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ। ਸੋ ਉਹ ਸਤਿਗੁਰੂ ਜੀ ਦੇ ਹੱਥਾਂ ਨਾਲ ਲੱਗੀ ਹੋਈ ਦਾਤਣ ਬਾਅਦ ਵਿੱਚ ਇੱਕ ਵਿਸ਼ਾਲ ਬੇਰੀ ਦਾ ਰੁੱਖ ਬਣੀ, ਜਿਸ ਦੇ ਨਾਮ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੁਭਾਏਮਾਨ ਹੈ। ਗੁਰਦੁਆਰਾ ਸ੍ਰੀ ਭੋਰਾ ਸਾਹਿਬ, ਇਹ ਗੁਰਦੁਆਰਾ ਬੇਰ ਸਾਹਿਬ ਦੇ ਅੰਦਰ ਹੀ ਪ੍ਰਕਾਸ਼ ਅਸਥਾਨ ਦੇ ਹੇਠਾਂ ਸਥਿਤ ਹੈ। ਇੱਥੇ ਗੁਰੂ ਜੀ ਰੋਜ਼ਾਨਾ ਭਗਤੀ ਲਈ ਬੈਠਦੇ ਸਨ ਅਤੇ ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇੱਥੇ ਇੱਕ ਥੜਾ ਵੀ ਹੈ ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਸਨ। ਗੁਰਦੁਆਰਾ ਸ੍ਰੀ ਹੱਟ ਸਾਹਿਬ, ਇਹ ਗੁਰਦੁਆਰਾ ਸਾਹਿਬ ਉਸ ਸਥਾਨ 'ਤੇ ਸੁਸ਼ੋਭਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਬਤੌਰ ਮੋਦੀ ਦਾ ਕੰਮ ਕਰਦੇ ਸਨ। ਕਿਹਾ ਜਾਂਦਾ ਹੈ ਕਿ ਇਹੀ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਦਰਵੇਸ਼, ਕਲੰਦਰ, ਸਾਧ, ਫਕੀਰਾਂ ਅਤੇ ਹੋਰ ਲੋੜਵੰਦਾਂ ਨੂੰ ਅਨਾਜ ਵੰਡਦੇ ਅਤੇ ਤੇਰਾ ਤੇਰਾ ਉਚਾਰਦੇ ਰਹੇ। ਇਸ ਗੁਰਦੁਆਰਾ ਸਾਹਿਬ ਵਿੱਚ ਵੱਟੇ ਵੀ ਸੁਸ਼ੋਭਿਤ ਹਨ। ਇਹਨਾਂ ਵੱਟਿਆਂ ਨਾਲ ਗੁਰੂ ਜੀ ਨਾਪ ਤੋਲ ਦਾ ਕੰਮ ਕਰਦੇ ਸਨ। ਤੇਰਾ ਤੇਰਾ ਤੋਲ ਕੇ ਵਿਖਾਉਂਦਾ, ਤੇਰਾ ਤੇਰਾ ਤੋਲ ਕੇ ਵਿਖਾਉਂਦਾ ਬਾਬੇ ਮਰਦਾਨੇ ਦੀ ਰਬਾਬ ਤੇ। ਨਾਨਕ ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ। ਨਾਨਕ ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ। ਗੁਰਦੁਆਰਾ ਬੇਬੇ ਨਾਨਕੀ ਜੀ, ਇਹ ਸਥਾਨ ਬੇਬੇ ਨਾਨਕੀ ਜੀ ਦਾ ਘਰ ਹੈ। ਇੱਥੇ ਹੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਕੀਤਾ। ਇੱਥੇ ਹੀ ਗੁਰੂ ਜੀ ਨੂੰ ਫੁਲਕਾ ਤਿਆਰ ਕਰਕੇ ਯਾਦ ਕੀਤਾ ਸੀ ਅਤੇ ਗੁਰੂ ਜੀ ਨੇ ਉਸੇ ਵਕਤ ਆਣ ਕੇ ਬੇਬੇ ਜੀ ਨੂੰ ਦਰਸ਼ਨ ਦਿੱਤੇ ਸਨ ਅਤੇ ਫੁਲਕਾ ਛਕਿਆ ਸੀ। ਇੱਥੋਂ ਹੀ ਗੁਰੂ ਜੀ ਮੋਦੀਖਾਨੇ ਜਾਂਦੇ ਸਨ ਅਤੇ ਤੇਰਾ ਤੇਰਾ ਤੋਲਦੇ ਸਨ। ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ, ਭੁੱਲਿਆਂ ਨੂੰ ਸਿੱਧੇ ਰਾਹ ਤੇ ਪਾਇਆ ਬਾਬੇ ਨੇ, ਭੁੱਲਿਆਂ ਨੂੰ ਸਿੱਧੇ ਰਾਹ ਤੇ। ਲੋਧੀ ਦੇ ਪਵਿੱਤਰ ਅਸਥਾਨ 'ਤੇ ਗੁਰਦੁਆਰਾ ਸ੍ਰੀ ਸੰਤ ਘਾਟ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਅਤੇ ਗੁਰਦੁਆਰਾ ਸ੍ਰੀ ਅੰਤਰਾਤਮਾ ਸਾਹਿਬ ਵੀ ਮੌਜੂਦ ਹਨ। ਸਰਦਾਰ ਦੀਆਂ ਫੁੱਲਾਂ ਬਖਸ਼ਾਮ ਦਾ, ਸਰਦਾਰ ਦੀਆਂ ਫੁੱਲਾਂ ਬਖਸ਼ਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ। ਨਾਨਕ ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ। ਨਾਨਕ ਫਕੀਰ ਪਿਆ ਕਾਮ ਦਾ ਬਾਬੇ ਮਰਦਾਨੇ ਦੀ ਰਬਾਬ।